ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ। ਅਤੇ ਟਾਈਮ ਮਿੱਤਰੋ ਸਵੇਰ ਦੇ 9:30 ਹੋ ਗਏ ਅਤੇ ਤੁਸੀਂ ਬਾਹਰ ਦਾ ਸਭ ਤੋਂ ਪਹਿਲਾਂ ਵਿਊ ਦੇਖੋ ਆਪਣੇ ਰੋਡ ਦੇ ਉੱਤੇ ਗੱਡੀਆਂ ਰੋਮ ਸੈਂਟਰ ਤੋਂ ਸਾਰੀਆਂ ਬਾਹਰ ਨੂੰ ਜਾ ਰਹੀਆਂ, ਕਿਉਂਕਿ ਇੱਧਰ ਨਾ ਲਾਗੂ ਹੈ, ਲਾਗੂ ਦੀ ਬਰਚਾਨੋ। ਵੈਸੇ ਤਾਂ ਆਪਾਂ ਪਿਛਲੇ ਕਈ ਵਲੌਗਾਂ ਦੇ ਵਿੱਚ ਉਹ ਚੀਜ਼ ਤੁਹਾਨੂੰ ਦਿਖਾ ਚੁੱਕੇ ਹਾਂ, ਪਰ ਫਿਰ ਵੀ ਆਪਾਂ ਇੱਕ ਦਿਨ ਜਾ ਕੇ ਤੁਹਾਨੂੰ ਦਿਖਾ ਕੇ ਆਵਾਂਗੇ। ਬਹੁਤ ਸੋਹਣੀ ਲਾਗੂ ਹੈ ਅਤੇ 2-3 ਲਾਗੂ ਵੈਸੇ ਪੈਣੀ ਹੈ ਇੱਧਰ, ਲਾਗੂ ਕਹਿ ਦਿੰਦੇ ਹਾਂ ਜਿੱਦਾਂ ਆਪਣੇ ਲੇਕ ਹੁੰਦੀ ਹੈ ਉਹਨੂੰ ਕਹਿ ਦਿੰਦੇ ਹਾਂ। ਅਤੇ ਗਰਮੀ ਦੇ ਵਿੱਚ ਲੋਕ ਬਹੁਤ ਜ਼ਿਆਦਾ ਜਾਂਦੇ, ਦੇਖੋ ਸਾਰੇ ਰੋਮ ਤੋਂ ਆ ਰਹੇ ਹਾਂ ਅਤੇ ਹੁਣ ਵੀਕਐਂਡ ਆ ਗਿਆ ਤਾਂ ਕਰਕੇ ਸਾਰੇ ਲਾਗੂ ਵੱਲ ਨੂੰ ਜਾ ਰਹੇ ਨੇ। ਅਤੇ ਇੱਧਰ ਮਿਲੋ ਗੁਰਸ਼ਾਨਵੀਰ ਸਿੰਘ ਨੂੰ। ਅਤੇ ਮੈਂ ਜਿੰਮ ਵਗੈਰਾ ਜਾਇਆ ਸਵੇਰੇ ਅਤੇ ਗੁਰਸ਼ਾਨਵੀਰ ਨੂੰ ਮੈਂ ਠਾਲ ਕੇ ਲੈ ਕੇ ਆਇਆ, ਮੈਂ ਕਿਹਾ ਪੁੱਤਰ ਉੱਠ ਚੱਲੀਏ ਆਪਾਂ ਆਪਣੀ ਸ਼ੌਪ 'ਤੇ। ਹਾਂਜੀ ਗੁੱਡ ਮਾਰਨਿੰਗ ਜੀ, ਵੈਰੀ ਵੈਰੀ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ। ਕਿੱਦਾਂ ਦੇਵਿੰਦਰ ਜੀ? ਵਧੀਆ ਵਧੀਆ ਲੱਗਿਆ, ਹੁਣ ਤਾਂ ਦਿਲ ਲੱਗ ਗਿਆ ਨਾ ਵਧੀਆ? ਹਾਂਜੀ ਹਾਂਜੀ ਐਨ ਵਧੀਆ ਲੱਗਿਆ ਦਿਲ, ਠੀਕ ਨਾ ਜੇ ਮਾੜਾ ਵੀ ਫਿਰ ਵੀ ਦਿਲ ਨਹੀਂ ਲੱਗਾ ਸਾਨੂੰ ਦੱਸ ਦੇ, ਦਿਲ ਫਿਰ ਸਾਨੂੰ ਹੋਰ ਵੀ ਤਰੀਕੇ ਦੇ ਲਾਉਣ ਦੇ ਸਾਨੂੰ, ਵਧੀਆ ਲੱਗਿਆ। ਚਲੋ ਠੀਕ ਹੈ, ਚਲੋ ਵਧੀਆ ਜਾਏ ਜੀ ਜਿੰਮ। ਹਾਂ ਜਿੰਮ ਜਾਏ ਜਾਵੇ ਅਤੇ ਚਲੀਏ ਵੀ ਕਰੀ ਕੰਮ ਕਰ। ਹਾਂਜੀ ਓਕੇ ਆ ਜਾਓ ਅੰਦਰ। ਅਤੇ ਅੱਜ ਮਿੱਤਰੋ ਆਪਾਂ ਸਾਰੇ ਜਣੇ ਰਲ ਕੇ ਆਪਣੀ ਦੁਕਾਨ ਦੇ ਵਿੱਚ ਕਰਾਂਗੇ ਆਪਣੇ ਕੰਮ ਕਰ, ਅਤੇ ਕੰਮ ਕਾਫੀ ਨੇ ਕਰਨ ਵਾਲੇ। ਅਤੇ ਨਾ ਇੱਕ ਆਪਣੀ ਫਰਿੱਜ ਜਿਹੜੀ ਆਹ ਵਾਲੀ ਆ ਇਹ ਕੱਲ੍ਹ ਖਰਾਬ ਹੋ ਗਈ ਆਪਣੀ, ਇਹ ਵੈਸੇ ਮੈਂ ਫੋਨ ਕਰ ਦਿੱਤਾ ਹੀ ਆ ਕੋਕੋ ਕੋਲਾ ਵਾਲਿਆਂ ਨੂੰ, ਜਿਹੜੀ ਨਾ ਫਰਿੱਜ ਕੋਕੋ ਕੋਲੇ ਵਾਲੇ ਦੇ ਕੇ ਜਾਂਦੇ ਆ ਉਹਦੇ ਵਿੱਚ ਆਪਣਾ ਕੋਈ ਵੀ ਰੋਲ ਨਹੀਂ ਹੁੰਦਾ, ਜਦੋਂ ਫਰਿੱਜ ਖਰਾਬ ਹੁੰਦੀ ਆ ਆਪਾਂ ਉਹਨਾਂ ਨੂੰ ਕਾਲ ਕਰਨੀ ਹੁੰਦੀ ਆ, ਅਤੇ ਕਾਲ ਕਰਨ ਤੋਂ ਬਾਅਦ ਜਿਹੜਾ ਆਹ ਵਾਲਾ ਨੰਬਰ ਹੁੰਦਾ ਇਹਨੂੰ ਦੇ ਦੇਣਾ ਅਤੇ ਉਹਨਾਂ ਦਾ ਮਿਸਤਰੀ ਆ ਕੇ ਆਪੇ ਠੀਕ ਕਰਕੇ ਜਾਂਦਾ। ਅੱਜ ਕਹਿੰਦਾ ਪਲੱਗ ਮੈਂ ਰਾਤ ਕੱਢਤਾ ਸੀਗਾ ਬਾਹਰ, ਮੈਨੂੰ ਕਹਿੰਦਾ ਸੀਗਾ ਵੀ ਉਹ ਵੀ ਪਲੱਗ ਕੱਢ ਜੀ ਰਾਤ ਨੂੰ, ਕਿਉਂਕਿ ਨਾ ਇਹਦੇ ਵਿੱਚ ਜਿਹੜਾ ਉਹ ਪੱਖਾ ਹੈ ਉਹਦੇ ਵਿੱਚ ਬਰਫ਼ ਜੰਮ ਚੁੱਕੀ ਆ ਅਤੇ ਹੁਣ ਤਾਂ ਖੁਰ ਗਈ, ਅਤੇ ਮੈਨੂੰ ਕਹਿੰਦਾ ਇੱਕ ਵਾਰੀ ਤੂੰ ਰਾਤ ਨੂੰ ਕੱਢ ਦੀ, ਸੁਬਾਹ ਉੱਠ ਕੇ ਟਰਾਈ ਕਰਕੇ ਦੇਖ ਲਾ ਕੇ ਦੇਖ ਲਈ ਵੀ ਕੀ ਗੱਲਬਾਤ ਹੈ, ਜੇ ਤਾਂ ਸਹੀ ਚੱਲ ਪਈ ਤਾਂ ਸਹੀ ਆ, ਨਹੀਂ ਚੱਲ ਤਾਂ ਮੈਂ ਆ ਕੇ ਠੀਕ ਕਰ ਦੂੰਗਾ। ਅਤੇ ਇਹਦਾ ਵੀ ਆਪਣਾ ਕੰਮ ਅੱਜ ਆਪਾਂ ਨੇ ਕਰਵਾਉਣਾ ਹੈ, ਜੇ ਚੱਲ ਪਈ ਤਾਂ ਵਧੀਆ ਗੱਲ ਹੈ, ਅਤੇ ਨਹੀਂ ਫਿਰ ਆਪਾਂ ਨੂੰ ਇਹ ਉਹਨੂੰ ਫੋਨ ਕਰਨਾ ਪੈਣਾ ਆ ਕੇ ਚਲਾਉਣੀ ਆ। ਕਿਆ ਕੁਛ ਲੱਗਣਾ ਫਿਰ? ਗੱਲਾਂ ਹੈਗੀਆਂ ਚਾਰ, ਪਹਿਲੀ ਗੱਲ ਮੈਂ ਨਾਲ ਜਾਊਂ, ਦੂਜੀ ਗੱਲ ਘੱਟ ਹੈਗੀ ਆਪਣੀ ਬੜੀ ਪਿਰੋਨੀ, ਬੜੀ ਹੈਨਕਣ ਜਮਾਂ ਨਹੀਂ ਹੈਗੀ, ਅਤੇ ਫਰਜ਼ੰਤੇ ਬੜਾ ਪਾਣੀ, ਅਤੇ ਇੱਕ ਮੰਮਾ ਕੋਲਾ ਗਿਆ ਸੀਗਾ, ਮੰਮਾ ਦੇਖ ਰਹੇ ਇੱਕ ਮਿੰਟ ਤਾਂ ਸਾਰਾ ਕੁਝ ਜ਼ਿਆਦਾ ਤੇਰੇ ਦਿਮਾਗ ਦੇ ਵਿੱਚ? ਹਾਂਜੀ ਹਾਂਜੀ ਫੀਡ ਜੇ ਕਾਪੀ ਵੀ ਲਿਖਣਾ, ਕਾਪੀ ਵੀ ਲਿਖਣਾ, ਸਮਾਨ ਫਿਰ ਇਹ ਨਾ ਹੋਵੇ ਮੁੜ ਕੇ ਆਪਾਂ ਉਹ ਤਾਂ ਫਿਰ ਗੇੜੇ ਲੱਗਦੇ ਰਹਿ ਜਾਂਦੇ। ਓਕੇ ਨਾ, ਚੱਲ ਫਿਰ ਵੈਰੀ ਗੁੱਡ, ਤੈਂ ਫਿਰ ਨਾਲ ਜਾਣਾ ਹੀ ਹੈ, ਹੱਡੇ ਨਹੀਂ ਹੈਗਾ ਅੱਜ ਤਾਂ, ਆਪਾਂ ਆ ਤਾਂ ਜਾਣਾ ਇੱਥੇ ਕਿਤੇ ਹੈ ਮਜ਼ਾ ਕਿਲੋਮੀਟਰ ਗੱਡੀ ਚੱਲ ਗਈ ਪਰ ਲੱਗਦੀ ਨਹੀਂ ਲੱਗਦੀ ਨਾ ਵਿੱਚੋਂ ਨਾ ਬਾਹਰ ਨਾ ਬਾਹਰੋਂ, ਤੇ ਗੱਡੀ ਦੀ ਬੜਕ ਪੂਰੀ ਹੈ, ਪੂਰੀ ਬੜਕ ਗੱਡੀ ਦੀ। ਪ੍ਰਧਾਨ ਜੀ ਆ ਜਾਓ ਹੁਣ ਤੁਸੀਂ, ਅੱਛਾ ਤੂੰ ਕਹਿ ਸੀਗਾ ਇੱਕ ਚੱਕਣੀ ਹੈਨਕਨ, ਬੜੀ ਹੈਨਕਨ, ਬੜੀ ਪਰੋਨੀ, ਤੇ ਉਸ ਤੋਂ ਬਾਅਦ ਬੜਾ ਫਰਜ਼ੰਤੇ ਪਾਣੀ, ਬੜਾ ਫਰਜ਼ੰਤੇ ਪਾਣੀ ਤੇ ਕੋਲਾ, ਤੇ ਕੋਕੋ ਕੋਲਾ। ਵੱਡਾ ਕੋਲਾ ਕਿੰਨਾ ਚੱਕੀ ਆਪਾਂ, ਕਿੰਨਾ ਕੁ ਲੱਗਿਆ ਉਹਨੂੰ ਜੀ? ਸਵਾਲ ਬੜਾ ਅੱਛਾ ਪੈਦਾ ਹੋ ਗਿਆ, ਬਹਿ ਜਾ ਔਖਾ ਸੁੱਖ ਹੋ ਗਿਆ ਮਾੜਾ ਜਿਹਾ, ਹੁਣ ਇਹਦਾ ਵਿਚਾਲੇ ਬਹਿ ਜਾ, ਬਹਿ ਗਏ ਆਪਾਂ, ਬਹਿ ਗਏ ਆਪਾਂ।
ਹੈ ਤੈਨੂੰ ਕਹਿੰਦੀ ਮੈਂ ਅੱਛੀ ਬਹਿ ਜਾਣਾ ਸਭ ਦੀ ਕੰਮੇ ਨਾਲ ਪਤਾ ਬਣੀ ਪਾਪਾ ਦਾ ਹਾਂਜੀ ਮੈਂ ਗੁੰਦਾ ਹਟਾਂ ਅਤੇ ਤੂੰ ਮੇਰੇ ਤੇ ਮਾਮੇ ਵਾਸਤੇ ਕਿਵੇਂ ਫੜ ਲਿਆ ਉੱਥੇ ਕਿੰਨੀ ਦੇ ਹੁੰਦੀ ਪੰਜਾਹ ਪੈਸੇ ਦੀ ਦੋ ਹੈ ਪੰਜਾਹ ਪੈਸੇ ਦੋ ਹੋਣਗੇ ਨਾ ਆਪਣੇ ਹਾਂ ਠੀਕ ਹੈ ਠੀਕ ਹੈ ਪੰਜਾਹ ਪੰਜਾਹ ਪੈਸੇ ਇੱਕ ਹੋਊਗੀ ਪੰਜਾਹ ਪੰਜਾਹ ਪੈਸੇ ਦੋ ਹੋਣਗੇ ਉਹ ਮੈਂ ਉਹੀ ਪੰਜਾਹ ਪੰਜਾਹ ਪੈਸੇ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਬੱਲੇ ਬੱਲੇ ਤਾਂ ਦੇਖੋ ਵੀ ਲਿਆਂਦੀ ਪਰੇਸ਼ਾਨ ਸੀ ਉਹਨੇ ਆਪਣੇ ਨੇ ਕਫੇ ਆ ਸਾਹਮਣੇ ਮਾਰਕੀਟ ਦਾ ਆਈ ਫਾਇਦਾ ਰਵਿੰਦਰ ਆਪਾਂ ਨੂੰ ਹਨਾ ਬਹੁਤ ਫਾਇਦਾ ਨਾ ਸਮਾਨ ਮੁੱਕਦਾ ਤਾਂ ਜਾ ਕੇ ਬੰਦਾ ਝੱਟ ਫੜ ਲਿਆਉਂਦਾ ਅਤੇ ਕਫੇ ਮਸ਼ੀਨ ਲੱਗੀ ਵੀ ਆ ਚਾਹ ਪੀਣੀ ਬੰਦਾ ਤਾਂ ਜਾ ਕੇ ਝੱਟ ਫੜ ਲਿਆਉਂਦਾ ਫਰੂਟ ਖਾਣਾ ਤਾਂ ਮਤਲਬ ਕਿਸੇ ਚੀਜ਼ ਦੀ ਤੋੜ ਨਹੀਂ ਆਉਣ ਦਿੰਦੇ ਆਪਾਂ ਮੈਂ ਵੀ ਸਟੋਰੀ ਪਾ ਕੇ ਆਈ ਮੈਂ ਸੜਕੇ ਪਾਰ ਕਰਨੀ ਬਸ ਮਸ਼ੀਨ ਦਾ ਨਜ਼ਾਰਾ ਸੀ ਜਦੇ ਭੱਜੇ ਆਉਂਦੇ ਸਹੀ ਹੈ ਨਾ ਇੱਦਾਂ ਕਿਹੜੀ ਚੀਜ਼ ਮਾਰਕੀਟ ਨਹੀਂ ਮਿਲਦੀ ਇੱਥੇ ਸੁਪਰ ਸਟੋਰ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੈ ਜੀ ਹਾਂ ਬਹੁਤ ਵੱਡੀ ਮਾਰਕੀਟ ਹੈ ਅਤੇ ਤੂੰ ਕੀ ਲੱਗੇ ਅਸੀਂ ਇਹ ਗੁਰਸ਼ਾਨ ਦੀ ਫੇਵਰੇਟ ਹੈ ਗੁਰਸ਼ਾਨ ਦਵਾਈ ਹੁੰਦੀ ਹੈ ਨਾ ਹਾਂਜੀ ਮਿੱਤਰੋ ਆਹ ਵਾਲੀ ਨਾ ਦਵਿੰਦਰ ਸਿੰਘ ਪਸੰਦ ਨਹੀਂ ਕਿਉਂਕਿ ਇਹ ਹੌਲੀ ਹੌਲੀ ਬੰਦੇ ਨੂੰ ਗਿੱਝ ਪੈਂਦੀ ਪਹਿਲੀ ਵਾਰ ਤਾਂ ਬੰਦਾ ਪੀ ਜਾਂਦਾ ਪੰਪਾਂ 'ਚ ਆਊਗੇ ਵੀ ਹਾਂ ਪਤਾ ਨਹੀਂ ਕਿਆ ਹੋਣਾ ਮੁੜ ਕੇ ਨਹੀਂ ਬੰਦਾ ਮੂੰਹ ਲਾਉਂਦਾ ਇਹਨੂੰ ਵੀ ਬਹੁਤ ਕੌੜੀ ਆ ਅਤੇ ਆਪਾਂ ਤਾਂ ਇਹ ਚੀਜ਼ ਗਿੱਝ ਗਏ ਕਿਉਂਕਿ ਮੈਂ ਤਾਂ ਜਿੰਮ ਲਾਉਣ ਤੋਂ ਬਾਅਦ ਨਾ ਜੋ ਸਰੀਰ ਥਕਾਵਟ 'ਚ ਆ ਜਾਂਦਾ ਅਤੇ ਇਹ ਜਦੋਂ ਪੀ ਕੇ ਬੰਦਾ ਕੰਮ ਕਰਦਾ ਫਿਰ ਸਰੀਰ ਨੂੰ ਵਧੀਆ ਇੱਕ ਵੱਜਦੀ ਆ ਅਤੇ ਫਿਰ ਬੰਦਾ ਤਿੰਨ ਚਾਰ ਘੰਟੇ ਐਂ ਹੁੰਦਾ ਬੰਦਾ ਵੀ ਹਾਂ ਹੁਣ ਮੈਨੂੰ ਨਾ ਪਿੱਛੇ ਹਟ ਜਾ ਬਸ ਹੁਣ ਮੈਂ ਕੁਛ ਕਰਨਾ ਹੈ ਪਰ ਐਨਰਜੀ ਚੋਕਲੇਟ 'ਚ ਵੀ ਬਹੁਤ ਲਿਟਲ ਬਿਟ ਪਾਉਣੀ ਉਹ ਤਾਂ ਹੈ ਨਹੀਂ ਨਹੀਂ ਆਈ ਲਾਈਕ ਇਟ ਪੈਂਥਰ ਲਓ ਵੀ ਮਿੱਤਰੋ ਮਿਲੋ ਆਪਣੇ ਪੈਂਥਰ ਨੂੰ ਤੁਸੀਂ ਹੈ ਆਹ ਦੇਖ ਪੈਂਥਰ ਹੈਲੋ ਕਰੋ ਪੈਂਥਰ ਆਹ ਦੇਖ ਆਹ ਦੰਦੀ ਹੁਣ ਨਾ ਬਹੁਤ ਸ਼ੈਤਾਨ ਹੋ ਕਹਿੰਦੇ ਦੰਦੀ ਵੱਢਣ ਲੱਗੇ ਦੇਖੋ ਦੰਦੀਆਂ ਦੀ ਵੱਢ ਦੰਦੀ ਵੱਢ ਦੰਦੀ ਵੱਢ ਦੰਦੀ ਹੈ ਬਹੁਤ ਸ਼ੈਤਾਨ ਹੋ ਗਿਆ ਜਾਂ ਨਾ ਪਹਿਲੇ ਕੁਤਕੁਰੇ ਹੀ ਕੱਢਦੇ ਤਾਂ ਫਿਰ ਇਹ ਬਹੁਤ ਕਰਦੇ ਕੁਤਕੁਰੇ ਕਢਾਉਂਦਾ ਦੇ ਫਿਰ ਬਹੁਤ ਕਰਦਾ ਦੇਖ ਆਦੇ ਆਦੇ ਨਾ ਦੰਦੀ ਕਦੇ ਵੱਢਦੇ ਦੰਦੀ ਕਦੇ ਵੱਢਦੇ ਦੰਦੀ ਕਦੇ ਵੱਢਦੇ ਦੰਦੀ ਕਦੇ ਵੱਢਦੇ ਚੌੜਾ ਕਰਦਾ ਦੰਦੀ ਵੈਸੇ ਵੱਢਦਾ ਨਹੀਂ ਹੈਗਾ ਇਹਦੇ ਜਿੱਦਾਂ ਖੇਲਦਾ ਆਦੇ ਹੈਲੋ ਮਿਸਟਰ ਹੈਲੋ ਇੱਥੇ ਵੱਢ ਦਿੰਦੀ ਇੱਥੇ ਵੱਢ ਦਿੰਦੀ ਫਿਰ ਲੈ 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 ਦੰਦੀ ਕਾਹਤੇ ਵੱਢਦਾ ਇਲਤਾਂ ਕਾਹਤੇ ਕਰਦਾ ਤੂੰ ਇਲਤਾਂ ਕਿਹੜੀ ਗੱਲ ਦੀਆਂ ਇੰਨੀਆਂ ਇਲਤਾਂ ਕਾਹਤੇ ਕਰਦਾ ਅਤੇ ਗਰਮੀ ਮਿੱਤਰੋ ਇੰਨੀ ਹੋ ਗਈ ਨਾ ਵੀ ਸਾਨੂੰ ਹੁਣ ਪੱਖੇ ਕੱਢਣੇ ਪੈ ਗਏ ਕਿਉਂਕਿ ਨਾ ਨਹੀਂ ਤਾਂ ਕਿ ਰਾਤ ਨੂੰ ਠੰਡ ਹੋ ਜਾਂਦੀ ਸੀਗੀ ਅਤੇ ਹੁਣ ਦੋ ਤਿੰਨ ਦਿਨ ਤੋਂ ਰਾਤ ਨੂੰ ਫੁੱਲ ਗਰਮੀ ਹੁੰਦੀ ਆ ਅਤੇ ਆਪਾਂ ਨਾ ਪਹਿਲੀ ਗਰਮੀ ਦੇ ਪੱਖਾ ਲਿਆਉਣਾ ਸੀਗਾ ਨਵਾਂ ਇਹ ਫਿਰ ਜਦੋਂ ਗਰਮੀ ਖਤਮ ਹੋ ਗਈ ਸੀਗੀ ਅਤੇ ਆਪਾਂ ਸਾਰੇ ਇੱਦਾਂ ਇਹਦੇ ਹੱਡ ਗੋਡੇ 'ਚ ਖੋਲ੍ਹ ਗਏ ਅਤੇ ਇਹਦੇ ਵਿੱਚ ਫਿੱਟ ਕਰਕੇ ਅਤੇ ਆਪਾਂ ਲੰਬਾਈ ਦੇ ਉੱਪਰ ਪਾਸੇ ਰੱਖਤਾ ਸੀਗਾ ਅਤੇ ਹੁਣ ਉੱਪਰੋਂ ਉੱਪਰ ਉਤਾਰ ਕੇ ਇਹਦੀ ਕਰਦਾ ਫਿਟਿੰਗ ਫੁਟਿੰਗ ਅਤੇ ਤਾਂ ਜਾ ਕੇ ਰਾਤ ਨਿਕਲਦੀ ਆ ਮਤਲਬ ਬਹੁਤ ਗਰਮੀ ਸੀ ਰਾਤ ਇੰਨੀ ਗਰਮੀ ਸੀ ਨਾ ਪੜਦਾ ਹੈ ਬਹੁਤ ਸੀਗੀ ਨਾ ਤਾਂ ਮੀਂਹ ਪਿਆ ਮੌਸਮ ਸੀਗਾ ਮੀਂਹ ਵਾਲਾ ਅਤੇ ਮੀਂਹ ਡਿੱਗਦੇ ਡਿੱਗਦੇ ਸਾਡੀ ਕੱਲ੍ਹ ਦਿਨ ਲੰਘ ਗਿਆ ਅਤੇ ਡਿੱਗਦੇ ਡਿੱਗਦੀ ਰਾਤ ਲੰਘ ਗਈ ਅੱਜ ਫਿਰ ਮੁੜ ਕੇ ਦਿਨ ਆ ਗਿਆ ਕਹੀ ਜਾਂਦੇ ਕਹਿੰਦੇ ਪੈਣਾ ਮੈਂ ਤਾਂ ਕਹਿੰਦਾ ਚਾਰ ਸੀਟਾਂ ਪੈ ਜਾਣ ਚੱਲ ਮਾੜਾ ਜਿਹਾ ਧਰਤੀ ਠੰਡੀ ਹੋ ਜੂਗੀ ਪਰ ਲੱਗਦਾ ਨਹੀਂ ਪੈਂਦਾ ਪੱਖਾ ਮਿੱਤਰ ਫਿੱਟ ਕਰਦੇ ਬਾਅਦ ਕੋ ਆ ਵੀ ਸਿਸਟਮ ਉਹਦੇ ਉੱਪਰ ਲਗਾ ਫਿੱਟ ਕਰਾਂਗੇ ਆਪਾਂ ਅਤੇ ਨਾ ਇੱਦਾਂ ਸਾਰਾ ਜੀ ਰਾਡ ਵਿੱਚ ਫਿੱਟ ਦਿੱਤਾ ਸੀ ਕਰਨ ਵਾਸਤੇ ਵੀ ਇਹਨੂੰ ਆਪਾਂ ਇੱਦਾਂ ਵੀ ਲਾ ਸਕਦੇ ਹਾਂ ਅਤੇ ਜੇ ਕੰਧ ਹੀ ਫਿੱਟ ਕਰਨਾ ਕੰਧ ਫਿੱਟ ਕਰ ਸਕਦੇ ਹਾਂ ਅਤੇ ਬਾਕੀ ਮਿਸਤਰੀ ਆਪਣੇ ਕੋਲ ਦੇਖੋ ਤਾਂ ਦਵਿੰਦਰ ਸਿੰਘ ਲੱਗੇ ਹੋਏ ਨੇ ਆਪਣੇ ਪੂਰੀ ਜੇ ਸੁਰੰਦਰ ਨਾਲ ਤਾਂ ਹੀ ਫਿੱਟੋ ਬਸ ਠੀਕ ਨਹੀਂ ਅਤੇ ਮੁੰਡਾ ਮਿੱਤਰੋ ਇਹ ਪੂਰਾ ਕਾਰੀਗਰ ਹੈ ਅਤੇ ਕੋਈ ਨਾ ਅਗਲੇ ਬਲੋਗਾਂ 'ਚ ਤੁਹਾਨੂੰ ਇਹਦੀ ਕਾਰੀਗਰੀ ਵੀ ਦਿਖਾਵਾਂਗੇ ਆਪਾਂ ਕਿਹੜੇ ਕਿਹੜੇ ਇਹ ਕੰਮ ਕਰਦਾ ਕਿਹੜਾ ਕਿਹੜਾ ਕਾਰੀਗਰ ਹੈ ਉਹ ਹੌਲੀ ਹੌਲੀ ਆਪਾਂ ਤੁਹਾਨੂੰ ਇਹਦੀਆਂ ਜਿਹੜੀਆਂ ਖੂਬੀਆਂ ਹੈ ਉਹ ਹੌਲੀ ਹੌਲੀ ਅੱਗੇ ਲਿਖ ਆਵਾਂਗੇ ਠੀਕ ਨਹੀਂ ਇਹ ਮੁੰਡਾ ਖਾਣ ਆਇਆ ਉਹਦਾ ਗਾਣਾ ਹੀਰਿਆਂ ਦੀ ਦਿਖਾਵਾਂਗੇ ਤੁਹਾਨੂੰ ਅਗਲੇ ਲੋਕਾਂ ਦਾ ਵੀ ਇਹਦੇ ਕਾਰਨਾਮਾ ਜੀ ਸਾਡੇ ਕੋਲ ਮੈਥੋਂ ਦੇਖੋ ਕਰਦੇ ਵਾਲੇ ਸਾਰ ਰਹੇ ਹਾਂ ਪੇਚਕਸ ਨਾ ਆਪਣੇ ਥੱਲੇ ਦੁਕਾਨ 'ਤੇ ਪਏ ਹਾਂ ਅਤੇ ਮੈਂ ਕਿਹਾ ਚਲੋ ਕਿਹੜਾ ਚੱਕਣ ਜਾਊਗਾ ਗੁਰਸ਼ਾਨ ਨੂੰ ਕਿਹਾ ਸੀਗਾ ਮੈਂ ਕਿਹਾ ਚੱਕ ਲਿਆ ਪੁੱਤ
ਤੇ ਨਿਆਣੇ ਤੁਹਾਨੂੰ ਪਤਾ ਹੀ ਕਾਹਨੂੰ ਕਹਿਣਾ ਮੰਨਦੇ ਆ ਉਹਦੇ ਗਰਮੀ ਵਾਲਾ ਕਹਿੰਦਾ ਪਾਪਾ ਆਹ ਕਰਦ ਲੈ ਕੇ ਫੜਾ ਦੀ ਕਹਿੰਦਾ ਕਰਦ ਨਾ ਕਰਦਾ ਜੇ ਤਾਂ ਕਹਿੰਦਾ ਗੱਲ ਬਣ ਗਈ ਤਾਂ ਸਹੀ ਆ ਜੇ ਨਾ ਬਣੀ ਕਹਿੰਦਾ ਫਿਰ ਮੈਂ ਚੱਕ ਲਿਆ ਦੂੰਗਾ ਜਾ ਕੇ ਥੱਲੇ ਫਿਰ ਮੈਂ ਕਿਹਾ ਵੀ ਗੱਲ ਤਾਂ ਆਪਾਂ ਨੇ ਬਣਾ ਹੀ ਲੈਣੀ ਆ ਐਡੀ ਕਿਹੜੀ ਗੱਲ ਹੈ ਗੱਲ ਕੋਈ ਨਾ ਬਣਦੀ ਹੋਵੇ ਕਿਤੇ ਕੋਈ ਐਡੀ ਕਿਹੜੀ ਗੱਲ ਕੰਮ ਕਿਤੇ ਅੜਿਆ ਹੀ ਕੋਈ ਐਡੀ ਕਿਹੜੀ ਗੱਲ ਹੈ ਕਿਹੜੀ ਨਾ ਬਣੇ ਇੱਕ ਦੋ ਤਿੰਨ ਲੈ ਇੱਥੇ ਬਣਦੀ ਗੱਲ ਕਿਹੜੀ ਹੈ ਨਾ ਆਉਂਦੇ ਵਧੀਆ ਚਲੋ ਆਹ ਵੀ ਕੰਮ ਬਣ ਗਿਆ ਵਧੀਆ ਗਰਮੀ ਬਹੁਤ ਹੀ ਆ ਅਤੇ ਹੁਣ ਟਾਈਮ 12:15 ਹੋ ਗਏ ਅਤੇ ਦੁਪਹਿਰ ਦੀ ਰੋਟੀ ਪਾਣੀ ਮਤਲਬ ਆਪਾਂ ਨੇ ਖਾ ਲਈ ਅਤੇ ਹੁਣ ਆਪਾਂ ਚੱਲਦੇ ਹਾਂ ਲੈ ਕੇ ਹੁਣ ਆਪਾਂ ਨੇ ਕਬਾਬ ਵੈਸੇ ਤਾਂ ਕਬਾਬ ਆਪਣੇ ਆ ਕੇ ਇੱਥੇ ਆ ਕੇ ਦੇ ਕੇ ਜਾਂਦੇ ਹਾਂ ਸ਼ੁੱਕਰਵਾਰ ਨੂੰ ਪਰ ਆਪਣੇ ਕੰਮ ਵੱਧ ਸੀਗਾ ਕੱਲ੍ਹ ਵੀ ਅਤੇ ਪਰਸੋਂ ਫੇਸਤਾ ਸੀ ਅਤੇ ਕਬਾਬ ਆਪਣਾ ਸਾਰਾ ਲੱਗ ਗਿਆ ਅਤੇ ਅੱਜ ਆਪਾਂ ਨੂੰ ਉੱਥੇ ਜਾ ਕੇ ਲੈ ਕੇ ਆਉਣਾ ਪੈਣਾ ਅਤੇ ਮੈਂ ਚੱਲੇ ਅਤੇ ਨਾਲ ਚੱਲਿਆ ਗੁਰਸ਼ਾਨ ਸਿੰਘ ਆਪਣੇ ਨਾਲ ਅਤੇ ਦਵਿੰਦਰ ਸਿੰਘ ਤੁਹਾਨੂੰ ਪਤਾ ਹੀ ਆ ਆਪਾਂ ਬਸ 15-20 ਦੇ ਵਿੱਚ ਵੀ ਜਿਹਨੂੰ ਆਪਣਾ ਆਲਾ ਦੁਆਲਾ ਸਾਰਾ ਹੀ ਘੁੰਮਾ ਦੇਣਾ ਅਤੇ ਕਬਾਬ ਚੱਕ ਕੇ ਉਸ ਤੋਂ ਬਾਅਦ ਆਪਾਂ ਨੇ ਮਾਰਕੀਟ ਵੀ ਜਾਣਾ ਆਪਣੀ ਮਾਯੂਰ ਆਣਾ ਜਿੱਥੇ ਆਪਾਂ ਨੂੰ ਸਾਰਾ ਥੋੜਾ ਸਮਾਨ ਵਗੈਰਾ ਆਪਾਂ ਲੈਂਦੇ ਹਾਂ ਉਹ ਵੀ ਆਪਾਂ ਦਿਖਾਵਾਂਗੇ ਦਵਿੰਦਰ ਸਿੰਘ ਨੂੰ ਵੀ ਕਿੱਦਾਂ ਕਿੱਦਾਂ ਸਮਾਨ ਉੱਥੇ ਇਹ ਮਿਲਦਾ ਉਹ ਮਾਰਕੀਟ ਦੇ ਵਿੱਚ ਹਰੇਕ ਬੰਦਾ ਨਹੀਂ ਜਾ ਸਕਦਾ ਜਿਹਦੇ ਆਪਣੇ ਕਾਰੋਬਾਰ ਨੇ ਜਿਹਦਾ ਆਪਣਾ ਕਾਰਡ ਬਣਿਆ ਵਾ ਉਹੀ ਬੰਦਾ ਉੱਥੇ ਜਾ ਕੇ ਸਮਾਨ ਜਾ ਕੇ ਲਿਆ ਸਕਦਾ ਅਤੇ ਆਪਾਂ ਉੱਥੇ ਜਾ ਕੇ ਵੀ ਸਮਾਨ ਜਾ ਕੇ ਲੈ ਕੇ ਆਉਣਾ ਅਤੇ ਘੰਟੇ ਆਪਣੇ ਕੋਲ ਪੂਰੇ ਦੋ ਨੇ ਮੁੰਡੇ ਹਿੰਮਤ ਮਾਰੋ ਆਪਾਂ ਨੇ 2 ਘੰਟੇ ਦੇ ਵਿੱਚ ਮੁੜ ਕੇ ਆਉਣਾ ਅੱਗੇ ਉੱਥੋਂ ਠੀਕ ਹੈ ਜੀ ਠੀਕ ਹੈ ਨਹੀਂ ਡੇਢ ਮੁੜ ਕੇ ਆਵਾਂਗੇ ਕਿਉਂਕਿ ਨਾ ਮਿੱਤਰੋ ਗਰਮੀ ਬਹੁਤ ਜ਼ਿਆਦਾ ਅਤੇ ਆਪਾਂ ਨੂੰ ਇੱਦਾਂ ਹੀ ਫਟਾਫਟ ਆਪਣਾ ਕੰਮ ਕਰ 2 ਘੰਟੇ ਨਿਬੇੜ ਕੇ ਬੰਦਾ ਨਾ 2:30-3 ਵਜੇ ਨੂੰ ਘਰ ਆ ਕੇ ਮੰਜੇ 'ਤੇ ਸੌਂ ਜਾਵੇ ਕਿਉਂਕਿ ਸ਼ਾਮ ਨੂੰ ਫਿਰ ਕੰਮ ਕਰਨਾ ਹੁੰਦਾ ਰਾਤ ਨੂੰ 12:00 ਫਿਰ ਦੁਬਾਰਾ ਵੱਜ ਜਾਂਦਾ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਇੱਥੋਂ ਲਵਾਂਗੇ ਆਪਾਂ ਆਪਣਾ ਕਬਾਬ ਅਤੇ ਤੁਸੀਂ ਦੇਖੋ ਆਲ ਦੁਆਲੇ ਜਿੰਨੇ ਵੀ ਨਾ ਉਹ ਤੁਹਾਨੂੰ ਵੱਡੇ ਵੱਡੇ ਕਪਨੋਨੇ ਦਿਖਦੇ ਆ ਇਹ ਸਾਰੇ ਮੈਗਜ਼ੀਨ ਹੈ ਉਹ ਇਹ ਸਾਰਾ ਇੰਡਸਟਰੀ ਏਰੀਆ ਹੀ ਆ ਇੱਥੇ ਵੱਡੇ ਵੱਡੇ ਮੈਗਜ਼ੀਨ ਆ ਕਿਸੇ ਦੇ ਕਬਾਬ ਵਾਲੇ ਕਿਸੇ ਦੇ ਲੋਹੇ ਦਾ ਕਾਰਖਾਨੇ ਵੱਡੇ ਵੱਡੇ ਸਾਰੇ ਇੱਕੋ ਜਗ੍ਹਾ ਦੇ ਵਿੱਚ ਹੈ ਅਤੇ ਮਿੱਤਰੋ ਆਹ ਆਪਣਾ ਸਾਰਾ ਮੈਗਜ਼ੀਨ ਹੈ ਜਿੰਨਾ ਵੀ ਨਾ ਸਮਾਨ ਇੱਥੇ ਪਿਆ ਸਾਰਾ ਸਮਾਨ ਤੁਰਕੀ ਤੋਂ ਆਉਂਦਾ ਅਤੇ ਆਹ ਦੇਖੋ ਇਹਨਾਂ ਤਰਸਪਾਲਿਆਂ ਦੇ ਨਾਲ ਇਹ ਸਮਾਨ ਨੂੰ ਚੱਕਦੇ ਨੇ ਸਾਰੇ ਇਲੈਕਟ੍ਰੋਨਿਕ ਹੈ ਇਹ ਨਹੀਂ ਵੀ ਜ਼ੋਰ ਲਾਉਣ ਦੀ ਲੋੜ ਬਿਲਕੁਲ ਨਹੀਂ ਪੈਂਦੀ ਹੈਗੀ ਇੱਦਾਂ ਸਮਾਨ ਆਹ ਵੀ ਚੱਲਦਾ ਇੱਦਾਂ ਹੀ ਅਤੇ ਇਸ ਤੋਂ ਵੱਡੀ ਮਸ਼ੀਨ ਵੀ ਹੈਗੀ ਆ ਆਹ ਦੇਖੋ ਉਸ ਤੋਂ ਵੱਡੀ ਮਸ਼ੀਨ ਟਰੈਕਟਰ ਵਾਲੀ ਮਸ਼ੀਨ ਅਲੱਗ ਅਲੱਗ ਬਾਬਾ ਪਾਣੀ ਹਾਂਜੀ ਹਾਂਜੀ ਓਕੇ ਜੀ ਇੱਕੋ ਰੱਖਿਆ ਵਿੱਚ ਆਪਣੇ ਨਾ ਬਾਕੀ ਕੱਲ੍ਹ ਨੂੰ ਉਤਾਰਿਆ ਨੇ ਆਪਣੇ ਕੋਲ ਗਿਆ ਠੀਕ ਹੈ ਜੀ ਪਰ ਪ੍ਰੋਬਲਮ ਇੱਦਾਂ ਵੀ ਇਹਨੇ ਖੜਕਣਾ ਬਹੁਤ ਹੈ ਨਹੀਂ ਜੇ ਆਪਾਂ ਜਾਣਾ ਇਹਨੂੰ ਕੋਈ ਚੀਜ਼ ਰੱਖ ਇੱਦਾਂ ਵੀ ਹਿੱਲੇ ਨਾ ਜਿਹੜਾ ਪਿੱਛੋਂ ਇਹ ਅਤੇ ਇੱਥੇ ਆਪਣਾ ਸਿਰਫ ਇੰਨਾ ਹੀ ਕੰਮ ਸੀਗਾ ਅਤੇ ਆਪਾਂ ਨੇ ਇੱਥੋਂ ਸਿਰਫ ਇੱਕੋ ਕਬਾਬ ਦਾ ਪੀਸ ਚੱਕਣਾ ਸੀਗਾ ਕਿਉਂਕਿ ਕੱਲ੍ਹ ਨੂੰ ਸ਼ੁੱਕਰਵਾਰ ਹੈ ਅਤੇ ਉਹਨਾਂ ਨੇ ਆਪਣੀ ਸ਼ੋਪ 'ਤੇ ਕੱਲ੍ਹ ਨੂੰ ਸਮਾਨ ਉਤਾਰਨ ਵਾਸਤੇ ਆਉਣਾ ਹੀ ਆ ਅਤੇ ਆਪਾਂ ਹੁਣ ਸਿੱਧਾ ਹੀ ਜਾਣਾ ਹੈ ਦਵਿੰਦਰ ਸਿੰਘ ਮਾਰਕੀਟ ਦੇ ਵਿੱਚ ਜਿਹੜਾ ਆਪਣਾ ਜਿੱਥੇ ਆਪਾਂ ਥੋਕ ਸਮਾਨ ਚੱਕਦੇ ਹਾਂ ਵੱਡਾ ਵੱਡੀ ਮਾਰਕੀਟ ਹੈ ਅਤੇ ਇੰਨਾ ਸਮਾਨ ਹੈ ਨਾ ਮਾਰਕੀਟ ਦੇ ਵਿੱਚ ਅਤੇ ਤੂੰ ਦੇਖਿਓ ਉੱਪਰ ਉੱਪਰ ਤਾਂ ਨਿਗਾਹ ਮਾਰ ਕੇ ਦੇਖੀ ਕਿੱਡਾ ਕਿੱਡੀ ਵੱਡੀ ਮਾਰਕੀਟ ਹੈ ਸਾਰੀ ਭਰਿਆ ਮਿਲੀਅਨ ਦਾ ਸਮਾਨ ਮਾਰਕੀਟ ਦੇ ਵਿੱਚ ਆਉਣਾ ਬਹੁਤ ਸਮਾਨ ਹੈ ਅਤੇ ਉਹਦੇ ਵਿੱਚ ਇਹ ਨਹੀਂ ਵੀ ਹਰੇਕ ਬੰਦਾ ਜਾ ਕੇ ਚੱਲ ਜਾਊਗਾ ਅੰਦਰ ਨਾ ਉਹਦੇ ਵਿੱਚ ਜਿਹੜੇ ਬੰਦੇ ਨੇ ਆਪਣੇ ਕਾਰੋਬਾਰ ਨੇ ਨਾ ਉਹਦੇ ਪ੍ਰਤੀ ਤੇ ਬਣਦਾ ਕਾਰਡ ਬਣ ਜਾਂਦਾ ਉਹਦੇ ਉੱਪਰ ਸਿਰਫ ਉਹੀ ਬੰਦੇ ਅੰਦਰ ਜਾ ਕੇ ਸਮਾਨ ਜਾ ਕੇ ਲੈ ਸਕਦੇ ਆ ਆਪਣੇ ਕੋਲ ਕਾਰਡ ਉਹਦਾ ਹੈਗਾ ਅਤੇ ਹੁਣ ਆਪਾਂ ਚੱਲਦੇ ਤਾਂ ਦਿਖਾਉਂਦੇ ਹਾਂ ਵੀ ਅੰਦਰ ਜਾ ਕੇ ਅਤੇ ਕਿਹੜਾ ਕਿਹੜਾ ਸਮਾਨ ਮਿਲਦਾ ਉੱਥੇ ਸਮਾਨ ਸਸਤਾ ਵੀ ਮਿਲਦਾ ਆਮ ਬਾਹਰ ਮਾਰਕੀਟ ਨਾਲੋਂ ਪਰ ਟੈਕਸ ਪਾ ਕੇ ਮਿਲਦਾ ਸਮਾਨ ਉੱਥੇ ਅਤੇ ਆਪਾਂ ਚੱਲਦੇ ਹਾਂ ਹੁਣ ਉੱਥੋਂ ਸਮਾਨ ਵੀ ਚੁੱਕਦੇ ਹਾਂ ਅਤੇ ਨਾਲੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਨਾਲੇ ਦਵਿੰਦਰ ਨੂੰ ਦਿਖਾਉਂਦੇ ਹਾਂ ਮਾਰਕੀਟ ਕਿੱਦਾਂ ਦੀ ਆ ਆਹ ਇਹ ਕਾਰਡ ਹੈ ਮਾਰਕੀਟ ਦਾ ਅਤੇ ਇਹਨੂੰ ਇੱਥੇ ਲਾਉਣਾ ਪੈਂਦਾ ਲਾ ਕਲਿੱਕ ਕਰਕੇ ਫਿਰ ਉੱਥੇ ਜਾਣਾ ਆਪਾਂ ਨੇ ਦੇਖ ਚਾਹ ਪੀਣ ਵਾਸਤੇ ਇੱਥੇ ਵੀ ਲੱਗੀ ਮਸ਼ੀਨ 'ਚ ਚਾਹ ਪੀਣੀ ਹੈ
ਚਾਹ ਵਾਸਤੇ ਪਾਣੀ ਵਾਸਤੇ ਦੋ ਮਸ਼ੀਨਾਂ ਚਾਹ ਦੀਆਂ, ਇੱਕ ਮਸ਼ੀਨ ਪਾਣੀ ਦੀ, ਵੀ ਜਿਹੜੇ ਬੰਦੇ ਅੰਦਰ ਉਰੇ ਕੰਮ ਕਰਦੇ ਆ ਉਹਨਾਂ ਵਾਸਤੇ ਵੀ ਅਤੇ ਕਸਟਮਰ ਵਾਸਤੇ ਵੀ ਬੈਨੀਫਿਟ ਆ, ਬੰਦਾ ਚਾਹ ਪਾਣੀ ਪੀਵੇ, ਕਿਉਂਕਿ ਨਾ ਜਿਹਨੇ ਵੀ ਸਮਾਨ ਲੈਣ ਵਾਸਤੇ ਉਰੇ ਆਉਣਾ ਉਹਨੇ ਆਪਣੀ ਦੁਕਾਨ ਦਾ ਸਮਾਨ ਲੈਣਾ, ਕਿਸੇ ਰੈਸਟੋਰੈਂਟ ਦਾ ਸਮਾਨ ਹੈ ਅਤੇ ਸਾਰਿਆਂ ਨੇ ਸਮਾਨ 15-15, 20-20 ਦਿਨ ਦਾ ਲੈ ਕੇ ਜਾਣਾ ਹੁੰਦਾ ਅਤੇ ਟਾਈਮ ਲੱਭਣ ਲੱਗ ਜਾਂਦਾ, ਇਸ ਕਰਕੇ ਵੀ ਬਣਾਇਆ ਵੀ ਚਾਹ ਪਾਣੀ ਪੀ ਕੇ ਆਪਣਾ ਸਮਾਨ ਦੀ ਸ਼ੋਪਿੰਗ ਕਰੋ ਅਤੇ ਜਾਣ ਲੱਗੇ ਫਿਰ ਚਾਹ ਪੀ ਕੇ ਜਾਓ। ਇਹਨੂੰ ਚਾਹ ਦੀ ਮਸ਼ੀਨ ਦਿਖੀ ਨਹੀਂ ਕੁਛ, ਸਾਨੂੰ ਜਦੋਂ ਚਾਹ ਦੇ ਦੁਆਲੇ ਹੋ ਜਾਂਦਾ, ਆਪਣੇ ਕੋਲ ਭਾਨ ਭੁੱਤ ਗੱਡੀ ਪਈ ਹੈ, ਜੇਬ 'ਚ ਹੈ ਨਹੀਂ ਪਾਪਾ ਦੀ ਕੋਲ, ਨੋਟ ਰਿਸੈਪਟ ਕਰਦੀ ਸਿਰਫ ਓਨਲੀ ਭਾਨ, ਇਹ 'ਚ ਇਕੱਲੀ ਭਾਨ ਹੀ ਪੈਂਦੀ, ਸਪਿੱਚ ਹੀ ਪੈਂਦੀ ਗੱਲੀ 'ਚ, ਨੋਟ ਨਹੀਂ ਪੈਂਦੇ, ਜਾਂ ਬੰਕੋ ਮਤ ਵੀ ਨਹੀਂ ਪੈਂਦਾ, ਨਹੀਂ ਕਾਰਡ ਵੀ ਲੱਗਦਾ ਪਰ ਆਓ ਚਲੇ ਪੁੱਤਰ ਜੀ ਆ ਜਾਓ ਆ ਜਾਓ ਆ ਜਾਓ, ਚਾਹ ਕੈਂਸਲ ਕਰੋ, ਥੋੜ੍ਹਾ ਸ਼ੋਪਿੰਗ ਕਰੋ, ਲਓ ਇੱਕ ਲਵਾਂਗੇ ਆਪਾਂ ਸਲਚੀਚਾ, ਅਤੇ ਸਲਚੀਚਾ ਮਿੱਤਰੋ ਇਹ ਪਤਾ ਦਵਿੰਦਰ ਕਿਆ ਹੁੰਦਾ, ਮਤਲਬ ਇਹ ਕੀਮਾ ਹੁੰਦਾ, ਲਗਭਗ 60% ਪੀਸਾਂ ਉੱਪਰ ਪੈਂਦਾ। ਦੇਖ ਕਿੰਨਾ ਸਮਾਨ ਹੈ, ਮਾਰ ਉੱਪਰ ਤੱਕ ਨਹੀਂ, ਦੂਰ ਦੂਰ ਤੱਕ ਹੈ, ਇਹ 'ਚ ਮਿਲੀਅਨ ਦਾ ਸਮਾਨ ਹੋਣਾ ਦਵਿੰਦਰ, ਮਿਲੀਅਨ ਦਾ ਹੈ, ਤੂੰ ਹਿਸਾਬ ਲਾ ਦੇਖ ਉੱਪਰ ਤੱਕ ਹੈ, ਅਤੇ 1-2-3-4 ਫਲੋਰ ਉੱਪਰ ਤੱਕ, 100 ਮੀਟਰ ਵਾਲਾ ਫਲੋਰ ਆਈ ਉੱਧਰ, ਹਾਂ ਉੱਥੇ ਸਮਾਨ ਤਾਂ ਬਹੁਤ ਰੁਪਈਆਂ ਦਾ ਪਿਆ ਹੋਊਗਾ ਜੀ, ਉਹ ਨਾ ਲੋਕ ਸਮਾਨ ਲੈਣ ਵਾਸਤੇ ਆਉਂਦੇ ਆ, ਮਤਲਬ ਵੀ 1000 ਰੁਪਏ ਦੇ ਘੱਟ ਦਾ ਸਭ ਕਿਸੇ ਦਾ ਸਮਾਨ ਹੁੰਦਾ ਨਹੀਂ ਸਮਾਨ, ਹੈ ਨਾ, ਘੱਟੋ ਘੱਟ 1000 ਸਮਾਨ ਉਹਨੂੰ ਹੋ ਜਾਂਦਾ ਸਮਾਨ ਤਾਂ ਦੁਕਾਨ ਦੇਣ ਵਾਸਤੇ ਆਉਣਾ। ਅਤੇ ਇੱਧਰ ਪਏ ਆ ਆਹ ਜੈਕਟਾਂ ਪਈਆਂ, ਕੋਟ ਪਾ ਕੇ ਵੀ ਅੱਧ ਅੰਦਰ ਸਾਰੇ ਫਰਿੱਜ ਅੰਦਰ ਆ, ਸਾਰਾ ਅੰਦਰ ਜਿਹੜਾ ਸਮਾਨ ਜਿਹੜਾ ਜਿੰਨਾ ਦੁੱਧ ਦਾ ਸਮਾਨ ਪਿਆ ਉਹਨਾਂ ਫਰਿੱਜ ਰੱਖਿਆ ਹੁੰਦਾ, ਅਤੇ ਤੁਸੀਂ ਕੋਟ ਪਾ ਕੇ ਜਾਣਾ ਹੁੰਦਾ, ਪਰ ਆਪਾਂ ਤਾਂ ਪਾ ਕੇ ਜਾਂਦੇ ਨਹੀਂ, ਬੇ ਇਹਨਾਂ ਰੱਖਿਆ ਹੋਇਆ ਵੀ ਤੁਸੀਂ ਪਾ ਕੇ ਜਾ ਸਕਦੇ ਹੋ ਅੰਦਰ, ਠੰਡ ਬਹੁਤ ਬੈਠਣ ਵਾਸਤੇ, ਪਰ ਗਰਮੀ ਬਹੁਤ ਹੈ, ਬੰਦਾ ਇੱਕ ਹੁਣ ਤਾਂ ਚਲੇ ਜਾਂਦਾ ਸਿਆਲ ਦੀ ਬਹੁਤ ਉੱਥੇ, ਪਰ ਕਈ ਨਾ ਹੁਣ ਵੀ ਪਾ ਕੇ ਜਾਂਦੇ ਹਾਂ, ਟਾਲੀ ਲੋਕ ਸੁਖਲ ਬਹੁਤ ਹੈ, ਕਿਉਂਕਿ ਆਪਾਂ ਹੁਣ ਉੱਤਰ ਗਏ ਤਾਂ ਠੰਡ ਬਹੁਤ ਲੱਗੀ ਜੀ ਆਪਾਂ। ਹਾਂ ਇਹ ਸਾਰੀਆਂ ਹੈਗੀਆਂ ਫਰਮਾਜੋ, ਮਤਲਬ ਚੀਜ਼ ਜੋ ਫਰਮਾਜੋ ਤਾਂ ਕੀ ਕਹਿੰਦੇ ਆ, ਚੀਜ਼ ਹੀ ਕਹਿੰਦੇ ਨੇ ਇੱਕ ਲਿਖੇ ਤਾਂ ਆਪਾਂ, ਦੁੱਧ ਤੋਂ ਬਣਦੀ ਆ, ਵੱਖਰੀ ਤਰ੍ਹਾਂ ਦੀ ਕੋਈ ਮਿਰਚਾਂ ਨਹੀਂ ਬਣਦੀ, ਕਿੱਦਾਂ ਕਿੱਦਾਂ ਬਣਦੀ ਆ, ਆਹ ਵੀ ਜਿਹੜੀ ਪੈਕੂਰੀ ਨੂੰ ਇਹ 'ਚ ਲੂਣ ਪਾਇਆ ਹੁੰਦਾ, ਤਿਆਰ ਕਰੀ ਜਾਓ ਆਲਾ ਅਤੇ ਕਰੂਦ ਕੱਚੇ ਦੁੱਧ ਹੋਣੀ ਵੀ ਹੈ, ਤੂੜੀ ਵੀ ਨਾਲ ਲੱਗੀ ਹੋਈ ਹੈ, ਹਾਂ ਵੀ, ਹਾਂ ਵੀ ਤੂੜੀ ਲਾਉਣਾ ਮਤਲਬ ਇਹ ਆ ਵੀ ਲੋਕਾਂ ਲੱਗੇ ਵੀ ਹੈ ਬਾਇਓਲੋਜਿਕ ਹੈ, ਵੀ ਬਿਲਕੁਲ ਦੇਸੀ ਦੇਸੀ ਸਿਸਟਮ ਕੀਤਾ ਵਾ। ਅਤੇ ਆਹ ਹੈਗੀਆਂ ਵੱਡੀਆਂ ਪੈਕਟ ਪੈਕਿੰਗ ਆ, ਲੀਟਰ ਲੀਟਰ ਦੀਆਂ, ਆਹ ਦੇਖ ਅਨਾਰ ਦਾ ਜੂਸ ਹੈ, ਬਿਲਕੁਲ 100% ਇੰਗਰੀਡੈਂਟੀ ਦੀ ਓਰੀਜਨਲ ਨੈਚੁਰਲ ਹੈ, ਵੀ 100% ਜਿਹੜੀ ਵਿੱਚ ਜੂਸ ਪਾਇਆ ਹੋਇਆ ਉਹ ਬਿਲਕੁਲ ਓਰੀਜਨਲ ਜੂਸ ਹੈ, 100% ਅਨਾਰਾਂ ਦਾ ਜੂਸ ਆ, ਮਤਲਬ ਵੀ ਇਹਦੇ ਵਿੱਚ ਬਹੁਤਾ ਹੀ ਤਾਂ 7-8 ਨਾਰਾਂ ਦਾ ਜੂਸ ਨੇ ਜੋੜ ਕੇ ਇੱਕ ਡੱਬਾ ਪੈਕ ਬੰਦ ਕੀਤਾ ਵਾ, ਨਿਹਰਾ ਖੂਨ ਹੈ ਇਹ ਚੀਜ਼ਾਂ ਤਾਂ ਭਾਅ ਜੀ, ਇੱਥੇ ਨੇ ਖਾਣ ਪੀਣ ਵਾਲੀਆਂ ਸਹੀ, ਆਪਣੇ ਇੰਡੀਆ 'ਚ ਕਹੀ ਜਾਂਦੇ ਇੱਦਾਂ ਟੇਸਟ ਵੀ ਉੱਦਾਂ, ਟੇਸਟ ਨੂੰ ਕਰਨਾ ਤਾਂ ਆਉਣਾ ਹੀ ਡੁਪਲੀਕੇਟ ਹੀ ਸਾਰਾ ਕੁਛ, ਇਹ ਵੀ ਗੱਲ ਹੈ ਨਾ, ਉਰੇ ਚੀਜ਼ ਤਾਂ ਓਰੀਜਨਲ ਚੀਜ਼ ਮਿਲਣੀ ਹੈ, ਹਾਂਜੀ ਹਾਂ, ਵੀ ਟੇਸਟ ਥੋੜ੍ਹਾ ਉਹ ਵੀ ਹੋਵੇ ਤਾਂ ਚਲੋ ਚੀਜ਼ ਓਰੀਜਨਲ ਆ, ਫਿਰ ਉਹ ਖਾਧੀ ਪੀਤੀ ਦੱਸੂਗਾ ਨਹੀਂ, ਇਹ ਤਾਂ ਗੱਲ ਹੈ, ਉਰੇ ਲੋਕ ਵੀ ਦੇਖੇ ਜੀ ਮੈਂ, ਲਾਲ ਪਏ ਆ, ਲਾਲ ਪਏ ਜੀ ਬਿਲਕੁਲ, ਅਤੇ ਉਮਰ ਦੇ ਸਾਰਿਆਂ ਦੀ 70-80 ਸਾਲ ਦੇ ਆ, ਭੱਜੇ ਫਿਰਦੇ ਜਿਹੜੇ 70-80 ਸਾਲ ਵਾਲੇ ਉਹ ਲੱਗਦੇ ਵੀ ਬਸ 35-40 ਵੀ ਇੰਨੀ ਏਜ, ਖਾਣ ਪੀਣ ਦਾ ਵਾਤਾਵਰਨ ਦਾ, ਅਤੇ ਇਹ ਅਕਸਰ ਹੀ ਲੋਕ ਬਹੁਤ ਕਰਦੇ ਹਨ,
ਮਤਲਬ ਕੋਈ ਗੇਮ, ਕੋਈ ਸਾਈਕਲ ਚਲਾਉਂਦਾ, ਕੋਈ ਫੁੱਟਬਾਲ ਖੇਡਦਾ ਹੈ, ਕੋਈ ਰਨਿੰਗ ਕਰਦਾ, ਕੋਈ ਨਾ ਕੋਈ ਗੇਮ ਕਰਦਾ। ਇਹਦੇ ਨਾਲ ਹੋਰ ਵੀ ਜਿੱਦਾਂ ਆਈਟਮਾਂ ਵੀ ਸਾਰਾ ਸਮਾਨ ਜੈਨੂਅਲ ਰੀਅਲ ਹੈ ਜੀ, ਅਤੇ ਉਹਦੇ ਨਾਲ ਵੀ ਉਹਦੀ ਕੁਆਂਟੀਟੀ ਬਹੁਤ ਹੈ ਜੀ, ਇੱਕ ਚੀਜ਼ 'ਚ ਕਈ ਕਈ ਉਹ ਨਹੀਂ, ਕਈ ਕਈ ਕੁਆਂਟੀਟੀ। ਹਾਂ ਹਾਂਜੀ ਹਾਂ, ਆਪਣੇ ਇੱਕ ਦੋ ਬੋਤਲਾਂ ਮਿਲਣਗੀਆਂ ਜਿੱਦਾਂ ਜੂਸ ਦੀਆਂ ਜੀ, ਉਹ ਡੁਪਲੀਕੇਟ ਹੈ ਸਾਰਾ। ਉਹਦਾ ਇੱਥੇ ਸਾਹਮਣੇ ਕਿੰਨੀ ਵੱਡੇ ਪਈਆਂ ਲੈ, ਆਪਣਾ ਅਨਾਰ ਦਾ ਹੋ ਗਿਆ, ਆਹ ਹੋ ਗਿਆ ਮਿਰਤੀਲ ਜਿਹੜੀ ਆਪਣੀ ਬਲੈਕਬੇਰੀ ਹੁੰਦੀ ਆ, ਇਹ ਵੀ ਓਰੀਜਨਲ ਹੈ ਜਿੱਦਾਂ। ਹਾਂਜੀ ਹਾਂ, ਇਹ ਵੈਜੀਟੇਰੀਅਨ ਫਰਾਂ ਕੋਲੇ ਦਾ ਹੋ ਗਿਆ, ਸਟ੍ਰੋਬੇਰੀ ਦਾ ਅਤੇ ਵਿੱਚ ਬਲੈਕਬੇਰੀ ਮਿਕਸ, ਆਹ ਸਾਰੀਆਂ ਹੈਗੀਆਂ ਜਿਹੜੀਆਂ ਆਪਣੇ ਜਿਵੇਂ ਦਾਲਚੀਨੀ ਉਹਨੂੰ ਕਹਿੰਦੇ, ਕਰੇਲਾ ਕਹਿੰਦੇ ਦਾਲਚੀਨੀ ਹੋ ਗਿਆ ਨਾ। ਓਕੇ ਅਤੇ ਆਹ ਲੌਂਗ, ਆਹ ਵਧੀਆ ਦਾਲਚੀਨੀ ਕਰੇਲਾ ਜਿਵੇਂ ਨਾ। ਹਾਂਜੀ ਹਾਂ, ਮਤਲਬ ਵੀ ਅਸਾਂ ਜਿਹੜੇ ਬੂਟੇ ਸਾਰੀਆਂ ਜਿਹੜੀ ਆਪਣੀ ਵਰਤਣੀ ਆ, ਦੇਸੀ ਮਸਾਲੇ ਤਿਆਰ ਕੀਤੇ ਹੋਏ, ਦੇਸੀ ਲੌਂਗ, ਲੈਚੀ, ਲੈਚੀ ਨੂੰ ਘੱਟ ਵਰਤ ਰਹੇ ਆ। ਆ ਦੇਖ ਆਹ ਵੀ ਚੀਜ਼ ਆਪਣੇ ਮੈਂ ਦੇਖੀ ਗਈ ਭਾਅ ਜੀ, ਕਿਹੜਾ ਫੁੱਲ ਜਿਹਾ ਹੁੰਦਾ। ਹਾਂਜੀ ਪਤਾ ਨਹੀਂ ਕਾਹਦਾ ਫੁੱਲ, ਕਹਿੰਦਾ ਆਪਣੇ ਮਸਾਲੇ 'ਚ ਪੈਂਦੇ ਜੀ। ਹਾਂ ਆਲੀਸ਼ੀਅਸ ਸਟਾਈਲ ਹੋ ਨਾ, ਅਤੇ ਆਹ ਵੀ ਪਤਾ ਨਹੀਂ ਕਾਹਦੇ ਬੀਜ, ਜੀਰਾ ਸੋਲੇ, ਇਹ ਸੂਰਜਮੁਖੀ ਦੇ ਬੀਜ। ਹਾਂਜੀ ਹੈ ਨਾ, ਤਿਆਰ ਇੱਧਰ ਜ਼ੁਕਾ, ਕੱਦੂ ਦੇ ਬੀਜ ਹੈ, ਠੀਕ ਹੈ ਜੀ। ਆ ਸਾਰੇ ਕੱਦੂ ਦੇ ਬੀਜ ਲੱਗੇ ਲੈਣ ਦੇ ਵਿੱਚ, ਆਹ ਮਿਰਚਾਂ ਹੀ ਸੁੱਕੀਆਂ, ਲਾਲ ਮਿਰਚ ਸੁੱਕੀ, ਹਾਂ ਸਕਾਈ ਹੋਣੀ ਕਿ ਮਿਲਦੀ ਹੁੰਦੀ ਆਪਣੀ, ਜਿਹੜੀ ਅਫਰੀਕਨ ਮਿਰਚ ਕਹਿੰਦੀ ਨਿੱਘੀ ਜੀ ਹੁੰਦੀ ਆ, ਹਾਂਜੀ ਉਹ ਸਕਾਈ ਵੀ ਆ, ਤਿੱਖੀ ਬਹੁਤ ਦੇ ਮਾਮਾ, ਇਹ ਬਹੁਤ ਤਿੱਖੀ ਹੁੰਦੀ ਆ। ਆਹ ਜਿੰਜਰ ਅਦਰਕ ਸਕਾ ਕੇ ਹੈ ਨਾ, ਉਹਦਾ ਪਾਊਡਰ ਬਣਾਇਆ ਅਦਰਕ ਸਕਾ ਕੇ, ਇਹ ਵੀ ਮਤਲਬ ਵੀ ਲੋਕ ਵਰਤਦੇ ਆ। ਆਹ ਦੇਖ ਇੱਧਰ ਪਾਪਾ ਵੇਰੋ ਸੇਮੀ ਹੋਰਸ, ਕਾਲੀ ਖਸਖਸ, ਓਕੇ ਹੈ, ਇਹ ਚੀਜ਼ ਬਹੁਤ ਪਸੰਦ ਕਰਦੇ ਆ ਆਪਣੇ ਵਾਲੇ ਤਾਂ। ਆਹ ਦੇਖ ਇੱਧਰ ਸੇਮੀ, ਇਹ ਤਿਲ ਹੋ ਗਿਆ, ਤਿਲ ਹੋ ਗਈ, ਮਾਣਾ ਸਾਰਾ ਕੁਝ ਮਿਲਦਾ ਹੁਣ, ਠੀਕ ਨਹੀਂ ਕੋਈ ਇੱਦਾਂ ਚੀਜ਼ ਥੋੜ੍ਹਾ ਹੈ ਜਿਹੜੀ ਇੱਥੇ ਨਾ ਲੱਗੀ ਹੋਵੇ। ਤੂੰ ਥੱਕ ਗਿਆ? ਨਹੀਂ ਮੈਂ ਥੱਕਿਆ ਨਹੀਂ, ਬੈਠ ਨਹੀਂ ਮੇ ਰਿਹਾ। ਚਲੋ ਬੈਠ ਜੀ, ਕੀ ਬੋਲ ਤੈਨੂੰ, ਮੈਂ ਜਾਂ ਝੂਠੀ ਦੀ ਹੈ, ਲੱਤਾਂ ਉੱਪਰ ਚੱਕ ਲਿਆ ਆਪਣੀ, ਇੰਨੀ ਦੇ ਦੇਗਾ ਵੀ ਕਫੀ ਨਹੀਂ ਲੱਗੇ ਨੇੜੇ। ਨਹੀਂ ਨਹੀਂ ਹੁਣ ਥੋੜ੍ਹੀ ਹਾਂ, ਇਹ ਵੈਸੇ ਜਿਹੜਾ ਬੱਚੇ ਜੀ ਕਿਤੇ ਉਹਦਾ ਉਦਾਂ ਦੇਖਦੇ ਆ ਵੀ ਕਿਆ ਕਿਆ ਸਿਸਟਮ ਜੀ, ਕਿੱਦਾਂ ਕਿੱਦਾਂ ਵੀ ਕੀ ਕੀ ਉਰੇ ਮਿਲਦਾ। ਹਾਂ ਆਹ ਸਾਰੀ ਟੋਫੀ ਹੈ ਤਾਂ ਲੈ ਲਓ, ਇੱਦਾਂ ਇੰਡੀਆ 'ਚ ਮਿਲਦੇ ਉਹ ਗੱਲ ਤਾਂ ਕਰਦੇ ਪੁੱਛਦਾ ਜੀ, ਇਹ ਵੀ ਇੰਡੀਆ 'ਚ ਕੀ ਕੀ ਮਿਲਦਾ ਕੀ ਨਹੀਂ ਮਿਲਦਾ ਜੀ। ਓਕੇ ਸਰ, ਲਓ ਵੀ ਫਾਈਨਲੀ ਸਮਾਨ ਵੀ ਆਪਣੇ ਗੱਡੀ ਲੋਡ ਕਰ ਲਿਆ ਆਪਣੀ 'ਚ, ਅਤੇ ਤੂੰ ਪੁੱਤਰ ਖੜਾ ਰੇਡੀ ਉੱਥੇ ਜਾ ਕੇ ਆਪਣੇ ਫੜਾ ਦੇ, ਗੁਸ਼ਾਨ ਮਾਰਕੀਟ 'ਚ ਆਵੇ ਖਾਣ ਨੂੰ ਕੁਛ ਲਵੇ ਨਾ, ਇੱਦਾਂ ਕਦੇ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ, ਇੱਦਾਂ ਉੱਥੇ ਖੜਾ ਹੈ। ਇੱਕ ਹੋਰ ਹੋ ਗਏ ਆਪਾਂ, ਉਹ ਸਾਹਮਣੇ ਲੱਗੇ ਤਾਂ ਟੂਟੀ ਪਾਣੀ ਵਾਲੀ, ਹਾਂਜੀ ਇੱਥੋਂ ਬੋਤਲ ਪਾਣੀ ਦੀ ਕੱਢੋ ਅਤੇ ਭਰ ਕੇ ਲਿਆਓ, ਠੰਡਾ ਪਾਣੀ ਬਿਲਕੁਲ ਐਨ, ਜਿੱਦਾਂ ਨਾ ਬਰਫ਼ ਦਾ ਪਾਣੀ ਹੁੰਦਾ ਨਾ ਉੱਦਾਂ ਦਾ ਪਾਣੀ ਹੈ, ਜਮ੍ਹਾਂ ਠੰਡਾ ਬਿਲਕੁਲ ਠੰਡਾ ਹੈ ਪਾਣੀ, ਅਤੇ ਰੋਮ 'ਚ ਤੁਹਾਨੂੰ ਕੋਨੇ ਕੋਨੇ ਵੀ ਜਿੱਦਾਂ ਟੂਟੀ ਲੱਗੇ ਮਿਲ ਜਾਣਗੀਆਂ, ਆਮ ਨਿੱਘੇ ਨਿੱਘੇ ਪਿੰਡਾਂ ਵਿੱਚ ਵੀ ਮਿਲ ਜਾਣਗੀਆਂ ਲੱਗੀਆਂ ਵੀ ਆ, ਅਤੇ ਸ਼ਹਿਰਾਂ ਵੀ ਤਾਂ ਮਿਲਣੀਆਂ ਮਿਲਣੀਆਂ, ਅਤੇ ਪਾਣੀ ਨਾ ਇਹ ਵੇਸਟ ਹੀ ਨਹੀਂ ਹੈਗਾ ਪਾਣੀ, ਕਈਆਂ ਲੱਗਦਾ ਹੁੰਦਾ ਵੀ ਪਾਣੀ ਸਾਰਾ ਚੱਲੀ ਜਾਂਦਾ ਹੈ, ਪਾਣੀ ਪਤਾ ਨਹੀਂ ਵੇਸਟ ਹੁੰਦਾ ਹੈ, ਇਹ ਪਾਣੀ ਵੇਸਟ ਨਹੀਂ ਹੁੰਦਾ, ਇਹ ਥੱਲੇ ਪਾਣੀ ਗਿਰਦਾ ਹੈ, ਅਤੇ ਇਹਦਾ ਨਾ ਰੀਸਾਈਕਲ ਕੀਤਾ ਹੋਇਆ ਵੀ ਜਿਹੜਾ ਵਰਤਿਆ ਗਿਆ ਬਾਕੀ ਘੁੰਮ ਕੇ ਦੁਬਾਰਾ ਫਿਰ ਇੱਦਾਂ ਨਿਕਲ ਜਾਂਦਾ ਪਾਣੀ। ਅਤੇ ਟਾਈਮ ਇੱਧਰ ਹੁਣ ਦੁਪਹਿਰ ਦੇ 3 ਵੱਜ ਗਏ, ਅਤੇ ਤੁਸੀਂ ਬਾਹਰ ਦੇਖੋ ਦੁਪਹਿਰੇ ਹੋਰ ਵੀ ਲੱਗਦੇ ਆ, ਦੇਖੋ ਮਾਰਕੀਟ ਦੇ ਵਿੱਚ ਨਾ ਸਵੇਰੇ ਵੀ ਅਤੇ ਸ਼ਾਮ ਨੂੰ ਵੀ ਰੌਣਕ ਮੇਲਾ ਹੁੰਦਾ, ਹੁਣ ਦੇਖੋ ਜਿਹੜੀਆਂ 2 ਗੱਡੀਆਂ ਖੜੀਆਂ ਬਾਹਰ ਉਹ ਸਿਰਫ ਜਿਹੜੇ ਅੰਦਰ ਬੰਦੇ ਕੰਮ ਕਰਦੇ ਉਹਨਾਂ ਦੀਆਂ ਹੀ ਆ, ਅਤੇ ਬਾਕੀ ਚਲੋ ਮਾੜਾ ਮੋਟਾ ਰੋਡ ਤਾਂ ਆਪਣਾ ਚੱਲਦਾ ਹੀ ਰਹਿੰਦਾ, ਪਰ ਨਾ ਸ਼ਹਿਰ ਦੇ ਵਿੱਚ ਦੁਪਹਿਰੇ ਕਰਕੇ ਹੈਗੀ ਆ, ਤੁਹਾਨੂੰ ਲੱਗਦਾ ਵੀ ਹਾਂ ਦੁਪਹਿਰੇ ਦੇਖੋ ਤਾਂ ਕਿ 3 ਵੱਜ ਗਏ, ਦੁਪਹਿਰੇ ਇੱਥੇ ਵੀ ਖੜਨ ਲੱਗੇ। ਅਤੇ ਹੁਣ ਟਾਈਮ 7:30 ਹੋ ਗਏ, ਅਤੇ ਔਡਰ ਆਪਣੇ ਕਾਫੀ ਹੈਗੇ ਆਪਣੇ ਕੋਲ, ਕਿਉਂਕਿ ਅੱਜ ਨਾ ਇਟਲੀ ਦਾ ਮੈਚ ਹੈ, ਅਤੇ ਬਾਕੀ ਗਰਮੀ ਅੰਦਰ ਇੰਨੀ ਜ਼ਿਆਦਾ ਯਾਰ, ਆਹ ਦੇਖੋ ਤੁਸੀਂ ਗਰਮੀ, ਪਸੀਨਾ ਪੂਰਾ ਐਨ ਪਸੀਨੋ ਪਸੀਨੇ, ਆਟਾ ਵੀ ਨਾ ਐਨ ਚੁੰਬੜ ਗਿਆ, ਬਹੁਤ ਸੀਗਾ ਭੱਠੀ ਦੇ ਮੂਹਰੇ ਇੱਥੇ ਹੱਥ ਲੱਗਦਾ ਸੀਗਾ। ਅਤੇ ਕਰ ਦਿਓ ਪੁਰਤਗਾਲ ਤੋਂ ਫੌਰੀ ਕਹਿੰਦਾ, ਗੱਡੀ ਮੈਂ ਦੱਸ ਦਈਏ ਵੀ 40 ਡਿਗਰੀ ਟੈਂਪਰੇਚਰ ਹੈ ਬਾਹਰ ਇਸ ਟਾਈਮ, ਅਤੇ ਇੱਥੇ ਅੰਦਰ 60 ਤੋਂ 70 ਹੋਊਗਾ, ਵੱਧ ਭਾਵੇਂ ਹੋਵੇ ਘੱਟ ਨਹੀਂ ਹੁੰਦਾ, ਬਹੁਤ ਗਰਮੀ ਅੱਜ,
ਪਸੀਨਾ ਆ ਰਿਹਾ ਪੂਰਾ ਐਂ ਟੋਪੀ ਤਾਂ ਹੀ ਲੱਤੇ ਨਹੀਂ ਨਾ ਟੋਪੀ ਨਾ ਲੱਤੀ ਹੋਵੇ ਤਾਂ ਚੋ ਚੋ ਕੇ ਮੱਥੇ ਪਰ ਮੂੰਹ ਭਰਾਈ ਜਾਂਦਾ ਉਹਦਾ ਬੰਦਾ ਪੀਸੇ ਬਣਾਉਂਦਾ ਅਤੇ ਉੱਧਰ ਫਿਰ ਕੰਮ ਖਰਾਬ ਹੁੰਦਾ ਟੀ ਸ਼ਰਟ ਐਨ ਭਿੱਜੀ ਪਿਆ ਗਰਮੀ ਹੈ ਬਹੁਤ ਗਰਮੀ ਹੈ ਯਾਰ ਬਹੁਤ ਜ਼ਿਆਦਾ ਗਰਮੀ ਹੈ ਜਲ ਸਾਹਿਬ ਮਾੜੀ ਮੋਟੀ ਸਕੰਜੀ ਸਕੂੰਜੀ ਬਣਾ ਲਓ ਯਾਰ ਕਰੋ ਮਾੜਾ ਮੋਟਾ ਰਹਿਣ ਸਾਡੇ 'ਤੇ ਐਂ ਕਹਿੰਦੇ ਕਰਦੇ ਹੈਂ ਕੰਮ ਮਾੜਾ ਜਿਹਾ ਬਗੜ ਜਿਹਾ ਕਰ ਲਈਏ ਸਹੀ ਗੱਲ ਗਰਮੀ ਬਹੁਤ ਅੱਜ ਬਹੁਤ ਗਰਮੀ ਹੈ ਕਰਦੇ ਹਾਂ ਓ ਬੈਲੋ ਕਮਿਸ਼ਨਰ ਇੱਕ ਟੌਕ ਬੈਨੇ ਹੋਏ ਤਾਂ ਬੈਨੇ ਤੇ ਦਿਸ਼ੇ ਉੱਤੋਂ ਬੈਨੇ ਗਲਾਸ ਪਾ ਕੇ ਦੇ ਠੰਡਾ ਜਿਹਾ ਬਣਾ ਦੇ ਤੇ ਪਾਪਾ ਦਾ ਕਾਲਜ ਠਾਰ ਦੇ ਗਰਮੀ ਬਹੁਤ ਹੈ ਬਹੁਤ ਇੱਥੇ ਪਾਣੀ ਵੀ ਠੰਡਾ ਬਰਫ ਵੀ ਪਈ ਏਦਾਂ ਪੈ ਜਾਂਦੇ ਮਿੱਤਰ ਕੋਲ ਇਹ ਯਾਰ ਦੇਖੋ ਅੱਜ ਬਲੌਗ ਬੰਦ ਕਰ ਦੇ ਕਦੇ ਬਲੌਗ ਬੰਦ ਕਰ ਦੇ ਬਲੌਗ ਬੰਦ ਕਰ ਦੇ ਕਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੱਲ੍ਹ ਨੂੰ ਮਿਲੂੰਗੇ ਸਵੇਰੇ ਤੁਹਾਨੂੰ ਸੋਹਣੇ ਜਿਹੇ ਬਲੌਗ ਦੇ ਵਿੱਚ ਬਾਏ ਬਾਏ ਕਰਦੇ ਐਂ ਕਰਦੇ ਐਂ ਕਰਦੇ ਠੀਕ ਐਂ ਕਰਦੇ ਬਾਏ ਠੀਕ ਅਤੇ ਟਾਈਮ ਹੁਣ ਰਾਤ ਦੇ ਵੱਜ ਗਏ ਨੇ 12 ਵੱਜ ਗਏ ਮਿੱਤਰੋ ਸਾਨੂੰ ਅੱਜ ਕੰਮ ਕਰਨ ਵੇਟਦਿਆਂ ਨੂੰ ਅੱਜ ਮੈਂ ਹੀ ਸੀਗਾ ਇਟਲੀ ਦਾ ਅਤੇ ਕੰਮ ਕਾਫੀ ਸੀਗਾ ਬਹੁਤ ਜ਼ੋਰ ਸੀ ਕੰਮ ਤਾਂ ਅਤੇ ਉੱਧਰ ਕੰਮ ਦਾ ਜ਼ੋਰ ਅਤੇ ਉੱਧਰ ਗਰਮੀ ਦਾ ਜ਼ੋਰ ਬਸ ਦੋਨੇ ਐਂ ਅੜੋਦਰੀ ਲੱਗੀ ਰਹੀ ਆ ਅਤੇ ਸਾਨੂੰ ਵੀ ਅੱਜ ਅੱਧਾ ਪੌਣਾ ਘੰਟਾ ਸੀ ਲੇਟ ਹੋਏ ਕੰਮ ਕਰ ਖਤਮ ਕਰਦਿਆਂ ਨੂੰ ਅਤੇ ਹੁਣ ਬਸ ਘਰ ਪਹੁੰਚੇ ਹਾਂ ਅਤੇ ਘਰ ਹੁਣ ਰੋਟੀ ਪਾਣੀ ਖਾਂਦੇ ਹਾਂ ਅਤੇ ਬਾਕੀ ਯਾਰ ਪੈਂਥਾਂ ਨਾਲ ਖੇਡ ਖੁੱਡ ਕੇ ਨਾ ਥਕਾਵਟ ਉੱਤਰ ਜਾਂਦੀ ਹੈ ਨਾ ਜੇ ਅੰਦਰ ਪੜਦੇ ਜਾਗਦਾ ਹੀ ਹੁੰਦਾ ਇਹ ਅਤੇ ਬਾਕੀ ਆਪਾਂ ਨੂੰ ਪ੍ਰਸ਼ਾਦਾ ਪਾਣੀ ਛੱਕ ਕੇ ਅਤੇ ਵਲੌਗ ਦੀ ਕਰਾਂਗੇ ਆਪਣੇ ਦੀ ਐਡੀਟਿੰਗ ਅਤੇ ਬਾਕੀ ਯਾਰ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਰ ਰੋਜ਼ ਮੈਂ ਕਰਦਾ ਹੀ ਹਾਂ ਅਤੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ੇ ਅਤੇ ਅੱਜ ਦਾ ਦਿਨ ਵੀ ਬਾਬੇ ਦੀ ਕਿਰਪਾ ਦੇ ਨਾਲ ਬੜਾ ਸੋਹਣਾ ਲੰਘਿਆ ਅਤੇ ਕੱਲ੍ਹ ਦਾ ਦਿਨ ਦੇਖਦਾ ਕਿਵੇਂ ਲੰਘਿਆ ਤੁਹਾਡੇ ਕੇ ਸਾਰਾ ਸ਼ੇਅਰ ਕਰਾਂਗੇ ਅੱਜ ਦੋ ਛੁੱਟੀਆਂ ਸਵੇਰੇ ਮਿਲਾਂਗੇ ਤੁਹਾਨੂੰ ਹੋਰ ਸੋਹਣੇ ਵਲੌਗ ਦੇ ਵੀ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।